ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀ, ਇਸ ਵੀਡੀਓ ਵਿੱਚ ਤੁਹਾਨੂੰ ਮੈਂ ਸਕੂਲ ਆਫ ਫੈਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ 11ਵੀਂ ਜਮਾਤ ਦੇ ਦਾਖਲੇ ਲਈ ਜੋ ਪੇਪਰ ਹੋਇਆ ਹੈ 30 ਤਰੀਕ ਨੂੰ, ਉਹਦਾ ਕੁਐਸਚਨ ਪੇਪਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮੇਰੇ ਕੋਲ ਕੋਡ ਬੀ ਹੈ, ਇਹਦੇ ਵਿੱਚ ਪਾਰਟ ਏ ਸੀ ਜੋ ਮੈਂਟਲ ਅਬਿਲਿਟੀ ਅਤੇ ਪਾਰਟ ਬੀ ਸੀ ਸਕੋਲੈਸਟਿਕ ਅਬਿਲਿਟੀ, ਪਾਰਟ ਏ ਜੋ 30 ਨੰਬਰ ਦਾ ਸੀ ਅਤੇ ਬਾਕੀ 120 ਨੰਬਰ ਜੋ ਤੁਹਾਡੇ ਉਹਦੇ ਵਿੱਚੋਂ ਮੈਥ ਸਾਇੰਸ ਅਤੇ SST 30-30 ਨੰਬਰ ਦੀ ਸੀ। ਉਹਦੇ ਬਾਅਦ ਹਿੰਦੀ ਇੰਗਲਿਸ਼ ਪੰਜਾਬੀ 10-10 ਨੰਬਰ ਦੀ ਸੀ। ਸੋ ਇਹ ਜੋ ਟੈਸਟ ਸੀ ਮੈਰੀਟੋਰੀਅਸ ਸਕੂਲ ਦੇ ਜੋ ਬੱਚਿਆਂ ਨੇ ਅਪਲਾਈ ਕੀਤਾ ਉਹਨਾਂ ਲਈ ਇਹ ਨਵਾਂ ਪੈਟਰਨ ਸੀ, ਕਿਉਂਕਿ ਪਹਿਲੇ ਜੋ ਮੈਰੀਟੋਰੀਅਸ ਦਾ ਪੇਪਰ ਆਉਂਦਾ ਸੀ ਉਹਦੇ ਵਿੱਚ ਮੈਥ ਸਾਇੰਸ ਇੰਗਲਿਸ਼ ਜੋ ਹੈ ਇਹੀ ਪੁੱਛੀ ਜਾਂਦੀ ਸੀ ਅਤੇ 100 ਨੰਬਰ ਦਾ ਪੇਪਰ ਹੁੰਦਾ ਸੀ। ਤੋ ਇਸ ਵਾਰ ਸਰਕਾਰ ਨੇ ਪੈਟਰਨ ਚੇਂਜ ਕਰ ਦਿੱਤਾ ਹੈ, ਦੋਨਾਂ ਹੀ ਸਕੂਲ ਆਫ ਫੈਮੀਨੈਂਸ ਅਤੇ ਮੈਰੀਟੋਰੀਅਸ ਲਈ ਕੋਮਨ ਪੇਪਰ ਰੱਖ ਦਿੱਤਾ ਹੈ। ਤੋ ਇਸ ਵਾਰ ਜੋ ਮੈਰਿਟ ਦੇ ਵਿੱਚ ਫਰਕ ਆਏਗਾ ਮੈਰੀਟੋਰੀਅਸ ਦੇ ਵਿੱਚ, ਅਤੇ ਸਿਲੈਕਸ਼ਨ ਕ੍ਰਾਈਟੀਰੀਆ ਜੋ ਹੈ ਥੋੜ੍ਹਾ ਟਫ ਕਰ ਦਿੱਤਾ ਹੈ। ਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਕੱਲਾ ਕੁਐਸਚਨ ਪੇਪਰ ਹੀ ਸ਼ੇਅਰ ਕਰ ਰਿਹਾ, ਤੁਸੀਂ ਦੇਖ ਸਕਦੇ ਹੋ। ਪਹਿਲੇ ਮੈਂਟਲ ਅਬਿਲਿਟੀ ਸ਼ੇਅਰ ਕਰ ਰਿਹਾ, ਇਸ ਤੋਂ ਤੁਹਾਨੂੰ 150 ਅਤੇ 150 ਕੁਐਸਚਨ ਵਿੱਚ ਸ਼ੋਅ ਕਰਾਂਗਾ, ਅਤੇ ਅਗਲੇ ਵੀਡੀਓ ਵਿੱਚ ਤੁਹਾਨੂੰ ਇਹਦਾ ਮੈਂ ਸਲਿਊਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗਾ। ਤੋ ਐਂਡ ਤੱਕ ਪੂਰਾ ਕੁਐਸਚਨ ਪੇਪਰ ਸਟੱਡੀ ਕਰੋ, ਕਾਫੀ ਆਸਾਨ ਪੇਪਰ ਸੀ, ਕੁਛ ਜੋ ਕੁਐਸਚਨ ਸੀ ਉਹ ਥੋੜ੍ਹੇ ਟਫ ਸੀ। ਸੋ ਉਹ ਸਾਰੇ ਸੋਲਵ ਕਰਕੇ ਤੁਹਾਨੂੰ ਇਹਦੀ ਆਂਸਰ ਕੀ ਮਿਲ ਜਾਏਗੀ। ਸੋ ਵੀਡੀਓ ਐਂਡ ਤੱਕ ਦੇਖੋ। ਥੈਂਕ ਯੂ ਵੈਰੀ ਮੱਚ ਐਂਡ ਹੈਵ ਏ ਨਾਈਸ ਡੇ।